बिस्मिल्लाह रहमान रहीम। अस्सलाम वालेकुम। मैं हूं इसी अपना करनाना चाहना ते मैं तो रमेश बात बुला रहा हूं। प्रावास तेर दाना दी नवी तो नवी वीडियो लेके अभी ना इंशाल्लाह उम्मीद करने हैं वीडियो सांदवी कर दिया लाइक भी कर दिया शेयर भी कर दिया सब की पहला अपने चैनल करना है सब बताइए ते बेल आइकन दा बटन जरूर दबा लेना ताकि साडी हर आने वाली वीडियो जेड़ी तुम तक बसानी पहुंच सके। वीडियो इतना जेड़ी बना लेंगे बस इसलिए बार वीडियो मारिया जफ्ता 33 बारवां महीना 2023 2023 दी आखिरी वीडियो है। वीडियो चौधरी हसन पिंड ढोला जिला गुजरात शेरखारिया चोई साहब ना मैं तीन मजा लानी वीडियो से चोई साहब ना बाकी गलबात ने जी कर लेनी आओ जी चोई साहब अस्सलाम वालेकुम वालेकुम सलाम लाल की हाल ठीक ठाक शुक्र अल्लाह तू सुनाओ अल्हम्दुलिल्लाह जी अल्लाह दा एहसान ठीक ठाक मतलब आज तीन ही चोड़ियां लानी है वीडियो जा बिलाल छह मजा आंदियां सन जी तीन मजा मिल गई एक घुरक हो गई है ठीक है तो इन दाखत ने लई एक मज अच्छा एक मज गई है निक्के कोटले कोटला सारंग हां जी चोरी गया से ठीक है जा एक मज गई जे यात्री है तीन वेगियां ने जा तीन वेगियां ने ते तीन मजे फिर एक जने लई हो उठे बैठे ने उन ना गल करा दे चलो उन ना कर लेने गल जा बाकी तीन तीन छोटियां ने जी भाइयां ने तकरीबन इंशाल्लाह खूबसूरत छोटियां हो गईयां छोटियां अल्लाह दे हुक्म नाल हर पासियों चंगियां खूबसूरत भी आने ते छोटियां लिबास सिंगी दी सोहनी दी सोहनी छोटी हो गई इंशाल्लाह थन चंगे होणगे कद काट चंगे ने पहला छोटियां ने तीन करिए शुरू अल्लाह दे हुक्म इंशाल्लाह शुरू करो ले आओ जी छोटी नंबर 1 बाकी चोरी जमशेद वड़ाई ने दे आओ ਉਹਨਾਂ ਦਾ ਸਲਾਮ ਹੈ ਪੂਰੀ ਟੀਮ ਨੂੰ ਠੀਕ ਹੈ ਇੱਕ ਭਾਈ ਅਲੀ ਰਜ਼ਾ ਸਿਆਲਕੋਟ ਵਾਲੇ ਜਿਹੜੇ ਉਹ ਰੈਗੂਲਰ ਤੱਕਦੇ ਵੀ ਆਨੇ ਹਰ ਵੀਡੀਓ 'ਚ ਉਹਨਾਂ ਦਾ ਸਲਾਮ ਹੁੰਦਾ ਉਹਨਾਂ ਦਾ ਜਨਾਬ ਬੜੀ ਖੁਸ਼ੂਸੀ ਮੁਹੱਬਤ ਇਤਨਾ ਟਾਈਮ ਕੱਢਦੇ ਨੇ ਜੀ ਤੇ ਪਰਦੇਸ ਵਿੱਚ ਵਸਣ ਵਾਲੇ ਜਿੰਨੇ ਸਾਡੇ ਵੀਰ ਨੇ ਜਾ ਦੇਸ਼ ਵਿੱਚ ਵਸਣ ਵਾਲੇ ਪਰਦੇਸ ਵਿੱਚ ਰਹਿਣ ਵਾਲੇ ਜਿਹੜੇ ਪਿਆਰ ਕਰਦੇ ਨੇ ਕਰਨਾਣਾ ਚੈਨਲ ਨਾਲ ਕਰਨਾਣਾ ਚੈਨਲ ਦੀ ਟੀਮ ਨਾਲ ਔਰ ਆਪਣੇ ਵਤਨ ਨਾਲ ਮੁਹੱਬਤ ਕਰਦੇ ਨੇ ਉਹਨਾਂ ਸਾਰਿਆਂ ਲਈ ਬਹੁਤ ਸ਼ੁਕਰੀਆ ਬਹੁਤ ਉਹਨਾਂ ਦਾ ਸ਼ੁਕਰੀਆ ਵੀ ਹੈ ਔਰ ਉਹਨਾਂ ਦਾ ਪਿਆਰ ਭਰਾ ਪੈਗਾਮ ਹੈ ਇਹ ਕਿ ਉਹ ਉੱਥੇ ਰਹਿ ਕੇ ਆਪਣੇ ਮੁਲਕ ਦਾ ਨਾਮ ਰੋਸ਼ਨ ਕਰਦੇ ਨੇ ਬਿਲਕੁਲ ਤੁਸੀਂ ਇੱਥੇ ਮਿਹਨਤ ਕਰਦੇ ਹੋ ਅੱਛੇ ਤੋਂ ਅੱਛੇ ਜਾਨਵਰ ਬਿਲਾਲ ਤੁਸੀਂ ਬਹਾਉਂਦੇ ਹੋ ਤੇ ਇਹ ਬੜੀ ਅੱਛੀ ਕਾਮਿਸ਼ ਹੈ ਤੁਹਾਡੀ ਵੀ ਅੱਜ ਵੀ ਤੁਹਾਡੀਆਂ ਵੀਡੀਓ ਕਾਫੀ ਲੱਗਦੀਆਂ ਨੇ ਰੋਜ਼ ਬਿਲਕੁਲ ਵੀਡੀਓ ਲੱਗਦੀ ਹੈ ਅੱਛੇ ਜਾਨਵਰ ਲਾਉਂਦੇ ਹੋ ਸਾਰੇ ਭਾਈ ਜਿਹੜਾ ਮਾਲ ਲਾਉਂਦੇ ਨੇ ਸਾਰਿਆਂ ਦਾ ਖੂਬਸੂਰਤ ਮਾਲ ਹੁੰਦਾ ਹੈ ਅੱਛਾ ਹੁੰਦਾ ਹੈ ਅੱਲਾਹ ਤਾਲਾ ਸਾਰਿਆਂ ਨੂੰ ਰਿਜ਼ਕ ਹਲਾਲ ਤਰੀਕੇ ਨਾਲ ਕਮਾਉਣ ਦਾ ਜਿਹੜਾ ਇਹ ਮੌਕਾ ਬਣਾਇਆ ਹੈ ਇਨਸ਼ਾਅੱਲਾ ਭਾਈ ਜਿਹੜੇ ਖੜਦੇ ਨੇ ਉਹਨਾਂ ਦੇ ਨਸੀਬ ਕਰੇ ਬਾਕੀ ਝੋਟੀਆਂ ਸ਼ੁਰੂ ਕਰਾਣੀ ਹੈ ਇਨਸ਼ਾਅੱਲਾ ਕਰੀਏ ਸ਼ੁਰੂ ਜੀ ਬਿਸਮਿਲ੍ਲਾ ਕਰੋ ਲਓ ਜੀ ਝੋਟੀ ਨੰਬਰ 1 ਝੋਟੀ ਨੰਬਰ ਆ ਗਈ 1 ਹਾਂ ਜੀ ਕੇ ਸਾਹਿਬ ਕੀ ਹੈ ਝੋਟੀ ਦਾ ਝੋਟੀ ਜੇ ਭਾਈ ਬਲਾਲ ਪੈ ਲੈਣਾ ਪੈ ਲੈਣਾ ਪਹਿਲਾ ਵਾਰਾ ਜੀ ਝੋਟੀ ਲਾਇਆ ਪਹਿਲਾ ਵਾਰਾ ਲਾਇਆ ਤੂੰ ਕਿੰਨੇ ਦਿਨਾਂ ਦੀ ਸੂਈ ਹੈ ਝੋਟੀ ਤਕਰੀਬਨ 15 16 ਦਿਨਾਂ ਦੀ ਸੂਈ ਹੈ ਜੀ 15 16 ਦਿਨਾਂ ਦੀ ਸੂਈ ਹੈ ਮਗਰ ਮਗਰ ਇਹ ਤੇ ਕੱਟੀ ਦੇ ਕੱਟੀ ਤੋਂ ਮਗਰ ਜਾ ਝੋਟੀ ਦੀ ਇਨਸ਼ਾਅੱਲਾ ਹਰ ਪਾਸਾ ਦੇਖ ਲੈਣਾ ਝੋਟੀ ਹਜ਼ਾਰਾਂ ਵਿੱਚ ਝੋਟੀ ਵੱਖਰੀ ਜੀ ਹੋਵੇਗੀ ਕੀ ਬਾਤ ਹੈ ਜਿਹੜਾ ਮਾਸ਼ਾਅੱਲਾ ਕੋਈ ਦਾ ਨਿਸ਼ਾਨ ਹੋਵੇਗਾ ਜੂ ਦੀ ਝੋਟੀ ਹੋਵੇਗੀ ਅਸਾਂ ਇਹ ਨਹੀਂ ਕਹਿਣਾ ਮੈਂ ਕਿਹੜੇ ਇਲਾਕੇ ਦੀ ਤੇ ਕਿਹੜੇ ਨਹੀਂ ਇਲਾਕੇ ਆਪ ਹੀ ਦੱਸਣਗੇ ਇਨਸ਼ਾਅੱਲਾ ਜੋ ਭਰਾਵਾਂ ਦੇ ਸਾਹਮਣੇ ਆਰਸ਼ ਹੈ ਜਾ झोटियां चंगियां होण ते फिर ओह गल चंगन दे बाकी चुआ जिहड़ा ना जिहड़ा बंदा बिलाल बह जे ना फिर अच्छा ओह अल्लाह दे हुक्म नाल इंशाअल्लाह झोटी तू ओह कहंदा फिर सुभान अल्लाह क्या बात है नहीं है ਦੂਏ ਨੰਬਰ ਦੇ ਝੋਟੀ ਦੀ ਪਸ਼ਮ ਚੈੱਕ ਕਰੋ ਕੀ ਬਾਤ ਹੈ ਤਰੀਕੀਆਂ ਇਹ ਹੁੰਦੀਆਂ ਨੇ ਕਿ ਪੁੱਛ ਲੱਭ ਕੇ ਨਹੀਂ ਦਿਖਾਣੀ ਜਾ ਪੁੱਛ ਲੱਭ ਕੇ ਨਹੀਂ ਦਿਖਾਣੀ ਪੁੱਛ ਲਾ ਆਪ ਹੀ ਦੱਸਦੀ ਵੀ ਮੈਂ ਕਿਹੜੀ ਨਸਲ ਦੀ ਆਂ ਠੀਕ ਹੈ ਤੇ ਅਸਾਂ ਤੇ ਇਹੀ ਹੈ ਬਸ ਸ਼ੋਰ ਕਰਾਣੇ ਚੰਗੀ ਦੀ ਚੱਕੇ ਜਾਨਵਰ ਦਾ ਜਾ ਜੇ ਭਾਈਆਂ ਨੂੰ ਚੰਗਾ ਲੱਗਦਾ ਤਾਂ ਕਮੈਂਟ ਵੀ ਕਰਦੇ ਨੇ ਮਾਸ਼ਾਅੱਲਾ ਤਾਂ ਤੇ ਬਾਕੀ ਇਹ ਮੈਂ ਝੋਟੀ ਦੇਖਦੇ ਨੇ ਪਿਆਰ ਵੀ ਬੜਾ ਦਿੰਦੇ ਨੇ ਅੱਗੇ ਵੀ ਮਾਲ ਮਾਸ਼ਾਅੱਲਾ ਕਿੰਨਾ ਵੀ ਕਿਹਾ ਜੀ ਜਿਹੜੇ ਭਾਈ ਲੈ ਕੇ ਗਏ ਸਨ ਕੁਛ ਵੀ ਨਹੀਂ ਹੋਣਾ ਉਹਨਾਂ ਨੂੰ ਬੜਾ ਅੱਛਾ ਸਲਾਮ ਕੀਤਾ ਪਲਾਵੜੀ ਗਈ ਇੱਕ ਮੱਝ ਠੀਕ ਹੈ ਇੱਕ ਮੱਝ ਰੰਧੀਰ ਗਈ ਹੈ ਐ ਰੰਧੀਰ ਜਾ ਠੀਕ ਹੈ ਕਰਨਾਣਾ ਚੈਨਲ ਦੇ ਬੜੀ ਪੁਰਾਣੇ ਸਨ ਉਹ ਵੇਖਣ ਆਏ ਨੇ ਪਹਿਲਾਂ ਬਾਹਰ ਫੋਜੀਆਂ ਹੁੰਦੇ ਸਨ ਠੀਕ ਹੈ ਉਹਨਾਂ ਦੀ ਮੱਝ ਖੜੀ ਹੈ ਨਾ ਸਲਾਮ ਦੋ ਵੀ ਦਿੱਤਾ ਨੇ ਉਹਨਾਂ ਮਿਹਰਬਾਨੀ ਜੀ ਉਹਨਾਂ ਦਾ ਸ਼ੁਕਰੀਆ ਜਾ ਹਾਂ ਜੀ ਚੋਈ ਸਾਹਿਬ ਇਸ ਝੋਟੀ ਥੱਲੇ ਦੁੱਧ ਕਿਤਨਾ ਕੋਈ ਹੈ ਜਿਹੜਾ ਸਿਆ ਮੈਲ ਚੋਰ ਹੈ ਜਿਹੜਾ ਬਲਾਲ ਦੁੱਧ ਜਿਹੜਾ ਨਾ ਚੋਣ ਵਾਲਾ ਜੀ ਉਹ ਭਾਂਡੇ 'ਚ ਖੁੱਲਾ ਚੋਈਦਾ ਝੋਟੀ ਦੁੱਧ ਕੁੱਲ 15 ਕਿਲੋ ਚਾਰਾ ਨੇ ਜੀ ਲੇਕਿਨ ਅਸੀਂ ਉਹ ਗੱਲ ਨਹੀਂ ਕਰਨੀ ਠੀਕ ਹੈ ਠੰਡਾ ਘਰ ਜਾ ਕੇ ਜਿਹੜਾ ਪਰਾਚ ਹੋਵੇ ਦੇਣਾ ਇਨਸ਼ਾਅੱਲਾ 13 ਕਿਲੋ ਦੀ ਪਾਸ ਜਿਹੜੀ ਤਸੱਲੀ ਹੈ ਪੱਕੀ ਪੱਕੀ ਮਿਲ ਲੈਣਾ ਜਿਹੜਾ ਛੋਟਾ ਇੱਕ ਥਣ ਬੱਚੇ ਨੂੰ ਦੇ ਲੈਣਾ 13 ਕਿਲੋ 13 ਕਿਲੋ ਦੀ ਇਨਸ਼ਾਅੱਲਾ ਦੇਖੋ ਨਾ ਗਰੰਟੀ ਹੈ ਪੈੜੇ ਦੇ ਕਰੋ ਜਰਾ ਜੀ ਤਿੰਨਾ ਥਣਾ ਦਾ ਤਿੰਨਾ ਥਣਾ ਦਾ ਪੈੜੇ ਇੱਕ ਥਣ ਕੱਟੀ ਨੂੰ ਦੇ ਕੇ ਕੱਟੀ ਨੂੰ ਕਟਾ ਮਗਰ ਕੱਟੀ ਹੈ ਮਗਰ ਕੱਟੀ ਵੀ ਮਾਣ ਬੜੀ ਸੋਹਣੀ ਹੈ झोटी है जी अल्लाह के हुक्म नाल मिली दी है जी ते झोटी दी ए ये असा
जानवर जेड़ा भी लाई जाना शुरू दूर पहले दूजे चौकी का शौक किया ठीक है ਝੋਟੀਆਂ ਵਿੱਚ ਅੱਲਾ ਦੇ ਹੁਕਮ ਨਾਲ ਜਿਹੜੇ ਵੀਰਾਂ ਨੇ ਖੜੀਆਂ ਨੇ ਸਾਡੇ ਕੋਲ ਉਹ ਵੀ ਇਹੀ ਕਹਿਣਗੇ ਕਿ ਇਨਸ਼ਾਅੱਲਾ ਜਿਹੜੀ ਝੋਟੀ ਖਰੀ ਨਿਕਲੀ ਆ ਸਾਡੀ ਸਾਡੇ ਕੋਲ ਹਮੇਸ਼ਾ ਜਿਹੜੀ ਤਾਕ ਕੀ ਆ ਬਾਤ ਹੈ ਚੋਈ ਸਾਹਿਬ ਹਾਂ ਚੋਈ ਸਾਹਿਬ ਝੋਟੀ ਨੰਬਰ 1 ਦੀ ਸੋਹਣੀ ਜੀ ਗੱਲ ਸੁਣਾਓ ਹਾਂ ਕੀ ਰੇਟ ਹੈ ਝੋਟੀ ਪਤਾ ਜੀ ਕੀ ਹੈ ਬਲਾਲ ਜੀ ਝੋਟੀਆਂ ਨੇ ਮੁੱਲ ਕਰੀਏ ਨਾ ਭਾਵੇਂ ਅੱਛਾ ਤੇ ਝੋਟੀਆਂ ਦੇ ਮੁੱਲ ਕਰਨ ਨੂੰ ਉਹ ਸਾਰੇ ਫਿਰ ਉਹਨਾਂ ਕੇ ਕੱਚੇ ਮੁੱਲ ਪੇ ਕਰੀਏ ਤਾਂ ਫਾਇਦਾ ਕੋਈ ਨਹੀਂ ਦਾ 5 ਲੱਖ 5.5 ਲੱਖ ਦੀ ਲੋਕ ਮੰਗ ਲੈਂਦੇ ਨੇ ਜੀ ਉਹ ਗੱਲ ਕੋਈ ਨਹੀਂ ਕਰਨੀ ਜਿਸ ਵੀਰ ਭਰਾ ਨੂੰ ਚੰਗੀ ਲੱਗੇ ਨਾ ਅੱਛਾ ਝੋਟੀ ਦੇਣੀ ਹੈ ਤੋਹਫਾ ਕਰਕੇ ਠੀਕ ਹੈ ਤੇ ਅੱਜ ਸਾਲ ਦਾ ਆਖਰੀ ਦਿਹਾੜਾ ਸਾਡੀ ਵੀਡੀਓ ਵੀ ਆਖਰੀ ਹੈ ਆਖਰੀ ਵੀਡੀਓ ਸਾਲ ਦੇ ਜ਼ਿੰਦਗੀ ਲਈ ਅੱਲਾ ਨੇ ਜ਼ਿੰਦਗੀ ਦਿੱਤੀ ਜੀ ਤੇ ਨਵੇਂ ਸਾਲ ਦੀ ਨਵੀਂ ਵੀਡੀਓ ਤੇ ਇਨਸ਼ਾਅੱਲਾ ਚੰਗੀ ਕੋਸ਼ਿਸ਼ ਕਰਾਂਗੇ ਅੱਛੀ ਅੱਛੀ ਵੀਡੀਓ ਲਾਉਣ ਦੀ ਕੀ ਬਾਤ ਹੈ ਇਹ ਤੇ ਜਿਹੜਾ ਧੁੰਦਾ ਨੇ ਮੌਸਮ ਨੇ ਮੌਸਮ ਹੀ ਖੁੱਲਦਾ ਗੁੱਲੇ ਹੁਣ ਪਤਾ ਦੁਪਹਿਰ ਹੋ ਜਾਂਦੀ ਜਾਂ ਤੇ ਇਹ ਦਿਹਾੜੇ ਇਨਸ਼ਾਅੱਲਾ ਲਈ ਸਫਰ ਵੀ ਨਹੀਂ ਕਰ ਰਹੇ ਲੇਕਿਨ ਇਨਸ਼ਾਅੱਲਾ ਜੇ ਜਾਵਾਂਗੇ ਤਾਂ ਫਿਰ ਬਣ ਕੇ ਆਵਾਂਗੇ ਚਲੋ ਅੱਲਾ ਖੈਰ ਕਰੇ ਖੈਰ ਨਹੀਂ ਚਾਹੀ ਝੋਟੀ ਹੈ ਆਖਰੀ ਸਾਲ ਹੈ ਆਖਰੀ ਦਿਨ ਹੈ ਸਾਡੀ ਵੀਡੀਓ ਇਸ ਸਾਲ ਦੀ ਆਖਰੀ ਹੈ ਜੀ ਆਖਰੀ ਤੇ ਮਜਾ ਵੀ ਆਖਰੀ ਟੀਮ ਨੇ ਜੀ ਅੱਜ ਇਨਸ਼ਾਅੱਲਾ ਪਹਿਲੀ ਵੀਡੀਓ ਤੇ ਪਹਿਲੀ ਗਾਂ ਜਿਹੜੀ ਹੋਣੀ ਪਹਿਲੀ ਛੋਟੀ ਗਾਂ ਦੇ ਦੂਜੇ ਨੂੰ ਦੂਜੀ ਤੇ ਤੀਜੀ ਤੇ ਜਿਹਨੀ ਤੇ ਇਹਨੇ ਮੁੱਲ ਆਉਣੇ ਠੀਕ ਹੈ ਜਾ ਨਾ ਉਹ ਗੱਲ ਕੋਈ ਗੱਲ ਪਤਾ ਜੀ ਕੀ ਹੈ ਜੀ ਹੁਣ ਦਾ ਕੋਈ ਨਹੀਂ ਨਾ ਨਾ ਪੁਆਇੰਟ ਦੇ ਸਾਡੇ ਪੁਆਇੰਟ ਕਰਨਾ ਅੱਜ ਇਸ ਭਰਾ ਨੂੰ ਚੰਗੀ ਲੱਗੇ ਨਾ 4,15,000 ਦੀ ਛੋਟੀ ਦੇ ਦਾਂਗੇ 4,15,000 ਦੀ ਝੋਟੀ ਨੰਬਰ 1 ਇਨਸ਼ਾਅੱਲਾ ਅੱਲਾ ਦਾ ਦੇ ਦਿਆਂਗੇ ਮੈਂ ਕਹਿੰਦਾ ਜੀ ਦੇ ਦਿਆਂਗੇ ਆਏ ਕਹਿੰਦੇ ਕਦਰ ਹੋਵੇ ਕੀ ਕਰਾਂ ਜਿੰਦਾਬਾਦ ਸ਼ੇਖ ਸਾਹਿਬ ਕੀ ਬਾਤ ਇਹ ਨਾ ਕਹੇ ਕਿ ਇਨਸ਼ਾਅੱਲਾ ਤੇ ਬੜਾ ਚੱਲ ਰਿਹਾ ਤੁਸੀਂ ਮੇਰੇ ਜਾਣੇ ਨੇ ਸਾਡੀ ਕਦਰ ਕੋਈ ਨਹੀਂ ਬਲਾਲ ਇਨਸ਼ਾਅੱਲਾ ਤੁਹਾਨੂੰ ਫੋਨ ਮਾਰ ਕੇ ਕਿ ਸਾਡੀ ਕਦਰ ਹੋਈ ਇਹ ਠੀਕ ਹੈ ਬੇਰਬਾਨ ਝੋਟੀ ਸਾਰੇ ਪਾਸੇ ਵੇਖ ਲੈਣੀ ਜੀ ਝੋਟੀ ਦੀ ਖੂਬਸੂਰਤੀ ਝੋਟੀ ਦੀ ਕੋਲੀ ਤੁਲੀ ਦਾ ਨਿਸ਼ਾਨ ਕੈਮਰਾਮੈਨ ਆਖਾਂਗੇ ਖਾਣ ਵੇਖ ਲੈਣੇ ਨੇ ਸਾਰੀ ਝੋਟੀ ਦੀ ਸਲੀ ਕਰਵਾਣੀ ਹੈ ਤਨਹਾ ਹਰ ਪਾਸੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਝੋਟੀ ਚੰਗੀ ਹੈ ਜਿਹੜਾ ਭਾਈ ਲੈ ਜੇਗਾ ਅੱਲਾ ਦੇ ਹੁਕਮ ਇਨਸ਼ਾਅੱਲਾ ਯਾਦ ਕਰੇਗਾ ਦੋ ਨੰਬਰ ਮਾਈ ਲਿਆਓ ਜੀ ਮਾਈ ਨੰਬਰ 2 ਮੂੰਹ ਹਾਜ਼ਰਾ ਮਾਈ ਦਾ ਕੀ ਬਾਤ ਹੈ ਚੋਈ ਸਾਹਿਬ ਜਿੰਦਾਬਾਦ ਸਿੰਗੀ ਵੇਖੋ ਕੈਸੀ ਗੋਲ ਹੈ ਖੂਬਸੂਰਤੀ ਤੇ ਲਾਮਤ ਹੈ ਨਾ ਅਸੀਂ ਤੇ ਖੂਬਸੂਰਤ ਡੰਗਰ ਦੀ ਇਨਸ਼ਾਅੱਲਾ ਕੋਸ਼ਿਸ਼ ਕਰਨੀ ਜੀ ਛੋਟੀ ਨੰਬਰ ਆ ਗਈ 2 ਹਾਂ ਜੀ ਚੋਈ ਸਾਹਿਬ ਕੀ ਸੁਆ ਛੋਟੀ ਨੰਬਰ 2 ਦਾ ਭਾਈ ਬਲਾਲ ਇਹ ਵੀ ਛੋਟੀ ਪਹਿ ਲੈਣੇ ਕੱਦ ਝੋਟੀ ਦਾ ਵੇਖ ਲੈਣਾ ਵੇ ਲੱਗੇ ਤੱਕ ਵਹਾਣੀ ਹੈ ਬਲਾਲ ਠੀਕ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਝੋਟੀ ਦੇ ਪਿਛਲੇ ਪੈਰ ਦੋਨੋਂ ਧੋਤੇ ਨੇ ਜੀ ਠੀਕ ਹੈ ਮਾਸ਼ਾਅੱਲਾ ਬੱਲੀ ਇਹ ਪੈਰ ਧੋਤੇ ਨੇ ਪੁੱਛਲੇ ਚਿੱਟੇ ਵਾਲ ਨੇ ਕੀ ਬਾਤ ਹੈ ਜਾਣ ਦੇ ਟੋ ਰਸਾ ਰਸਾ ਗੁਲਮਾ ਗੱਲ ਤੂਆ ਪਹਿਲਾ ਮੂੰਹ ਚ ਮੂੰਹ ਜੋ ਇਨਸ਼ਾਅੱਲਾ ਅੱਲਾ ਦੇ ਹੁਕਮ ਮੂੰਹ ਚ ਛਿੱਗੀ ਇਹ ਛਿੱਗੀ ਜੋ ਕਿ ਜਵਾਨ ਹੀ ਹੁੰਦੀਆਂ ਨੇ ਇਨਸ਼ਾਅੱਲਾ ਜੀ ਇਹ ਝੋਟੀਆਂ ਨੇ ਜੂ ਨਸਲ ਦੀਆਂ ਠੀਕ ਹੈ ਤੇ ਪਸ਼ਮ ਉੱਤੇ ਚੈੱਕ ਕਰਨੀ ਵਾਲ ਖੜੇ ਨੇ ਲੋਹੇ ਰੰਗੀ ਪਸ਼ਮ ਹੈ ਜੀ ਠੀਕ ਹੈ ਨਾ ਧੁਨੀ ਕੋਈ ਦਾ ਨਿਸ਼ਾਨ ਹੋਵੇਗਾ ਅਸੀਂ ਕੈਮਰਾਮੈਨ ਵੀ ਘੁੱਟ ਕੇ ਦੇਖਦੇ ਵਹਾ ਦੇਗਾ ਕੋਈ ਲੱਗ ਕੇ ਧੁਨ ਨਹੀਂ ਹੋਣ ਦੇ ਇਨਸ਼ਾਅੱਲਾ ਨਾ ਜੀ ਠੀਕ ਹੈ ਨਾ ਕਿੰਨੇ ਦਿਨਾਂ ਦੀ ਸੂਈ ਇਹ ਸੂਈ ਜੇ 11 ਕੁ ਦਿਨਾਂ ਦੀ 11 ਦਿਨਾਂ ਦੀ ਸੂਈ ਵੀ ਅੱਜਾ ਠੀਕ ਹੈ ਅੱਲਾ ਅਗਰ ਪਿੱਛੇ ਪਿੱਛੇ ਦੇ ਕੱਟੀ ਜੇ ਪਿੱਛੇ ਕੱਟੀ ਜਾ ਕੱਟੀ ਦੁੱਧ ਕਿੰਨਾ ਹੋਰ ਪੱਕਾ ਜਿਹੜਾ ਇਸ ਟਾਈਮ ਹੈ ਹਾਜ਼ਰ ਮੋਕਿਆ ਹਾਜ਼ਰ ਮੋਕਿਆ ਦੁੱਧ ਅਸੀਂ ਭਾਵੇਂ ਖੁੱਲਾ ਮਨਾਈ ਦਾ ਨਾ ਦੁੱਧ ਚੋਣ ਲਓ ਅਸੀਂ ਜੱਗ ਸਮੇਤ ਕਰੀਏ ਤੇ 17 ਕਿਲੋ ਝੋਟੀ ਕੋ ਤਾਰਾਂ ਨੇ ਜੀ ਲੇਕਿਨ ਉਹ ਗੱਲ ਕੋਈ ਨਹੀਂ ਕਰਨੀ 15 ਕਿਲੋ ਦੀ ਤਸੱਲੀ ਅੱਲਾ ਦੇ ਹੁਕਮ ਨਾਲ ਜਿਹੜਾ ਵੀਰ ਲੈ ਕੇ ਤੈਨੂੰ 15 ਕਿਲੋ ਮੈਂ ਕਹਿੰਦਾ ਝੋਟੀ ਯਾਦ ਕਰੇਗਾ ਜਿਹੜਾ ਭਰਾ ਖੜੇਗਾ ਨਾ ਬਿਲਾਸ ਕੀ ਬਾਤ ਹੈ ਅੱਲਾ ਦੇ ਹੁਕਮ ਨਾਲ ਝੋਟੀ ਖਰੀ ਹੈ ਝੋਟੀ ਦੇ ਪਿਛਾ ਮੂੰਹ ਫੇਰਦੇ ਕਰ ਝੋਟੀ ਸਾਰੇ ਪਾਸੇ ਤੋਂ ਝੋਟੀ ਦਾ ਅੰਗਾ ਵੇਖਣੇ ਮਾਸ਼ਾਅੱਲਾ ਜੀ ਹਾਂ ਜੀ ਚੋਈ ਸਾਹਿਬ ਝੋਟੀ ਨੰਬਰ 2 ਦੀ ਗੱਲ ਕਰ ਕੇ ਤਰਫ ਚੋਣੀ ਗੱਲਾਂ ਨਹੀਂ ਅੱਜ ਬਲਾਲ ਕਰਨੀਆਂ ਜੀ ਅੱਛਾ ਕਰ ਲਈ ਪਰ ਗੱਲਾਂ ਨਹੀਂ ਤਾਂ ਕਰਨੀਆਂ ਝੋਟੀਆਂ ਦੇਣ ਲੈਣ ਵਾਲੀਆਂ ਗੱਲਾਂ ਕਰਨੀਆਂ ਲੋਕ ਝੋਟਾ ਝੋਟੀ ਦਾ ਝੋਟੀ ਦਾ ਪੁੱਠਾ ਵੀ ਜਨਾਬ ਤੁਸੀਂ ਦੇਖ ਲੈਣੇ ਮਾਸ਼ਾਅੱਲਾ ਜੀ ਚੰਗੇ ਵੱਡੇ ਲਿਬਾਸ ਦੀ ਝੋਟੀ ਹੈ ਵੱਡੀਆਂ ਮਜਾ ਬਣਾ ਨਾ ਆਈਆਂ ਚ ਜੀ ਜਿਹੜਾ ਵੀਰ ਲੈ ਜੇਗਾ ਨਾ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ 10-15 ਲੱਖ ਦੀ ਮਜ ਬਣੇ ਦੀ ਕੀ ਬਾਤ ਹੈ ਠੀਕ ਹੈ ਨਾ ਜਿੰਦਾਬਾਦ ਤੋਹਫਾ ਦੇ ਤੇ ਬੰਦਾ ਫਿਰ ਚੰਗਾ ਦੇ ਜੀ ਝੋਟੀ ਕੋਈ ਛਣਾ ਦੇ ਨਹੀਂ ਅਸੀਂ ਉਹ ਡਾਕੇ ਵਾਲਾ ਪ੍ਰੋਗਰਾਮ ਨਹੀਂ ਹੈ ਕਿ ਖਾਣਾ ਦੇ ਆਈ ਜਾਈਏ ਉਹ ਕੰਮ ਕੋਈ ਨਹੀਂ ਕਰਨੇ ਠੀਕ ਹੈ ਸੋਹਣੀ ਜੀ ਗੱਲ ਕਰਨੀ ਹੈ ਕੋਈ 6 ਲੱਖ ਨੀ ਤੇ ਕੋਈ 5.5 ਲੱਖ ਜਿਸ ਭਾਈ ਨੂੰ ਚੰਗੀ ਲੱਗੇ ਨਾ 4,55,000 ਲਿਆਓ ਮਾਏ ਨੰਬਰ 3 ਲਿਆਓ ਜੀ ਹਾਂ ਜੀ ਸਾਹਿਬ ਮਾਏ ਨੰਬਰ 3 ਦਾ ਕੀ ਸੁਆ ਬਲਾਲ ਚੁੱਕੀ ਇਹ ਵੀ ਪਹਿ ਲੈਣੇ ਇਹ ਵੀ ਪਹਿ ਲੈਣੇ ਤੇ ਮੂੰਹ ਵਿੱਚ ਛਿੱਗੀ ਹੈ
मगर कटी मगर कटिया त्रै झोटिया लाइया ने जेड़ा भरा लिया ना त्रे कटिया जी थले दुध कितना पक्का जरा सम है तू लाल भाई झोटी को पक्या तारा ने अच्छा ठीक है ना पहले रोके सतारा से मुनासिब दी गल ने 16 किलो मज फिलहाल वीडियो बंदे लांदे ने 7-7 लाख ते 10-10 लाख दी मज कोई लम्मे मोहे नहीं करने कोई लम्मी गल नहीं करनी ਛੋਟੀ ਜਿਸ ਭਾਈ ਨੂੰ ਚੰਗੀ ਲੱਗੀ ਨਾ ਜੀ ਉਹਨੂੰ ਛੋਟੀ ਇਨਸ਼ਾਅੱਲਾ ਦੇ ਦੇਣੀ ਹੈ ਜਾਇਜ਼ ਕਰਕੇ ਤੋਹਫਾ ਕਰਕੇ ਕਿੰਨੇ ਜੇ ਦੇਣੀ ਭਾਈ ਅੱਜ ਗੱਲ ਮੈਂ ਕਹਿੰਦਾ ਮੇਰਾ ਜੀ ਗੱਲ ਹੀ ਖੂਬਸੂਰਤ ਜੀ ਤੇ ਅੱਛੀ ਗੱਲ ਕਰਨੀ ਹੈ ਜੀ ਜਿਸ ਭਾਈ ਨੂੰ ਚੰਗੀ ਲੱਗੇ ਨਾ ਅੱਛਾ ਕੋਈ 6 ਲੱਖ ਨਹੀਂ ਤੇ ਕੋਈ 6.5 ਲੱਖ ਜੀ 5.25 ਲੱਖ ਦੀ ਛੋਟੀ ਦੀ ਕੀਮਤ ਹੈ ਠੀਕ ਹੈ ਲੇਕਿਨ ਅੱਜ ਨਾ ਜਿਹੜਾ ਭਾਈ ਲੈ ਜਾਏ ਛੋਟੀ ਜੀ ਅੱਜ ਦੇ ਦਿਨ ਉਹਦੇ ਵਾਸਤੇ ਖੁਸ਼ੀ ਰਾਇਤ ਹੈ 4,85,000 ਦੀ ਛੋਟੀ ਦੇ ਦਾਂਗੇ 4,85,000 ਸੌਦਾ ਕਰਨ ਤੋਂ ਬਾਅਦ ਵੀ ਆਪਣੀ ਸਕਰੀਨਸ਼ਾਟ ਦੇ ਕਰਨਾ ਨਾ ਚੈਨਲ ਦੀ ਸਬਸਕ੍ਰਾਈਬ ਆਪਣਾ ਦਿਖਾ ਦੇ ਕਿ ਰੈਗੂਲਰ ਦਾ ਨੰਬਰ ਹੈ ਜੀ ਜਨਾਬ ਵੀਡੀਓ ਦਿਖਾ ਦੇਵੇ ਕਿ ਮੈਂ ਰੈਗੂਲਰ ਇਹਨਾਂ ਦੇ ਨਾਲ ਟੈਚ ਆ ਕਰਨਾ ਨਾ ਚੈਨਲ ਦੇ ਤਵਸਸ ਨਾਲ ਉਹਨੂੰ 20,000 ਰੁਪਈਆ ਨਗਦ ਮੋੜਿਆ ਜਾਏਗਾ ਵਾਪਸ ਠੀਕ ਹੈ ਜੀ ਕਿਆ ਬਾਤ ਹੈ ਜਿੰਦਾਬਾਦ ਅੱਜ ਜੇ ਮੈਂ ਕਹਿੰਦਾ ਪਿਆ ਫਿਲਹਾਲ ਅਸੀਂ ਗੱਲ ਕਰ ਛੜੀ ਹੈ ਕਿ ਅਸੀਂ ਅੱਜ ਇਨਸ਼ਾਅੱਲਾ ਕਰਨਾ ਚੈਨਲ ਦੇ ਉੱਤੇ ਤੋਹਫੇ ਦੇਣੇ ਜਿੰਦਾਬਾਦ ਤਿੰਨਾਂ ਝੋਟੀਆਂ ਨੂੰ ਤਲਾਹੇ ਕੋਈ ਕੈਮਰਾ ਮਾਰਨਾ ਫਿਰ ਮਾਰ ਦੋ ਜੀ ਕੈਮਰਾ ਤੇ ਅੱਲਾ ਦੇ ਅੱਗੇ ਇਨਸ਼ਾਅੱਲਾ ਝੋਟੀਆਂ ਚੰਗੀਆਂ ਖਰੀਆਂ ਤੇ ਸੋਹਣੀਆਂ ਆਉਣਗੀਆਂ ਕਿਆ ਬਾਤ ਹੈ ਜਿੰਦਾਬਾਦ ਤੇ ਕਹਿੰਦੇ ਉਹਦੇ ਇਹ ਲਾਈਵ ਚਵਾਈ ਵੀ ਦਿਖਾ ਦਿੰਦੇ ਛੋਟੀ ਦੀ ਉਹ ਵੀ ਅਗਰ ਤੁਸੀਂ ਮੁਨਾਸਬ ਸਮਝਦੇ ਹੋ ਕਿਉਂਕਿ ਟਾਈਮ ਦੀ ਵੀ ਕਿੱਲਤ ਹੁੰਦੀ ਹੈ ਜੇ ਕਹਿੰਦੇ ਉਹਦੀ ਇਨਸ਼ਾਅੱਲਾ ਦਿਖਾ ਦਿੰਦੇ ਲਾਈਵ ਚਵਾਈ ਦਾ ਕੋਈ ਭਰਾਵਾਂ ਵੇਖ ਲਈਆਂ ਨੇ ਝੋਟੀਆਂ ਜਾਂ ਥਾਣ ਸਾਰਿਆਂ ਦੀ ਇਨਸ਼ਾਅੱਲਾ ਗਰੰਟੀ ਹੋਵੇਗੀ ਕਾਰ ਗਈ ਹੋਵੇ ਸਾਡੀ ਠੀਕ ਹੈ ਕਿਸੇ ਦੀ ਛੱਟੀ ਛੱਟਾ ਫੁਹਾਰਾ ਹੋਵੇ ਇਨਸ਼ਾਅੱਲਾ ਕੋਈ ਗਿਲਟੀ ਹੋਵੇ ਜੀ ਅਸੀਂ ਇਨਸ਼ਾਅੱਲਾ ਤਾਲਾ ਗੱਲ ਕੀਤੀ ਹੈ ਇੱਥੇ ਸਾਹਮਣੇ ਇਸ ਗੱਲ ਦੀ ਠੀਕ ਹੈ ਅਸੀਂ ਇਸ ਗੱਲ ਦੇ ਜਨਾਬ ਇੱਥੇ ਮਸੂਲ ਆਂ ਬੈਠੇ ਚਲੋ ਖੈਰ ਠੀਕ ਹੈ ਨਾ ਖੈਰ ਹੋਣੀ ਚਾਹੀਦੀ ਇੱਕ ਨੰਬਰ ਚੀਜ਼ ਤੇ ਇੱਕ ਨੰਬਰ ਕਰਕੇ ਲਾ ਦੁਖਮਤ ਦੀ ਦੀ ਕਿਆ ਬਾਤ ਸਾਰੇ ਭਾਈਆਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਸ਼ੁਕਰੀਆ ਬੜਾ ਤਾਮਨ ਕਰਦੇ ਨੇ ਬੜਾ ਅੱਛੇ ਤਰੀਕੇ ਨਾਲ ਇਨਸ਼ਾਅੱਲਾ ਲੋ ਜੀ ਅੱਲਾ ਪਾਕ ਖੈਰ ਖੈਰ ਕਰੇ ਜਿੱਥੇ ਜਿੱਥੇ ਭਰਾ ਨੇ ਅੱਲਾ ਪਾਕ ਉਹਨਾਂ ਆਪਣੇ ਸ੍ਰੀ ਮਾਨ ਕੇ ਰੱਖੇ ਰਹਿੰਦੀ ਦੁਨੀਆ ਤਾਂ ਮੁਲਕੇ ਪਾਕਿਸਤਾਨ ਔਰ ਪਾਕ ਆਰਮੀ ਨੂੰ ਅੱਲਾ ਪਾਕ ਆਪਣੇ ਸ੍ਰੀ ਮਾਨ ਕੇ ਰੱਖੇ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫੇਰ ਮਿਲਾਂਗੇ ਇਸੇ ਵੀਡੀਓ ਨਾਲ ਦਿਓ ਯਾਦ ਰੱਬ ਰਾ ਖਾਲਸਾ ਸੁਣਨ ਵਾਲੇ ਨਾਰੇ ਦੀ ਬਾਤ ਆਵੇ ਤਾਜਦਾਰ ਖਤਮੇ ਨਬੂਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।